ਜਦਨੀ ਇਸ ਬਾਰੇ ਐਲਾਨ ਕੀਤਾ ਗਿਆ ਅਤੇ ਪੰਜਾਬ 'ਚ ਅੱਜ ਤੋਂ ਸਕੂਲ ਖੁੱਲ੍ਹਣਗੇ ਹੁਣ 5ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਣ ਦਾ ਫੈਸਲਾ ਸਰਕਾਰ ਵੱਲੋਂ ਕੀਤਾ ਗਿਆ ਸਾਰੇ ਸਰਕਾਰੀ ਅਰਧ ਸਰਕਾਰੀ ਤੇ ਪ੍ਰਾਈਵੇਟ ਸਕੂਲ ਖੋਲ੍ਹੇ ਜਾਣ ਨੂੰ ਸਰਕਾਰ ਨੇ ਆਪਣੀ ਹਰੀ ਝੰਡੀ ਬੀਤੇ ਦਿਨੀ ਦੇ ਦਿੱਤੀ ਹੈ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਸਕੂਲ ਖੋਲ੍ਹੇ ਜਾਣ ਦਾ ਸਮਾਂ ਰਹੇਗਾ ਸਿੱਖਿਆ ਮੰਤਰੀ ਨੇ ਇਸ ਬਾਬਤ ਜਿਹੜਾ ਹੈ ਬੀਤੇ ਦਿਨੀ ਐਲਾਨ ਕੀਤਾ ਸਕੂਲਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਵੀ ਆਦੇਸ਼ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਹੁਣ ਸਕੂਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਜਿਸ ਦੇ ਤਹਿਤ 5ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਹੁਣ ਸਕੂਲ ਜਾ ਸਕਣਗੇ ਸੋ ਅੱਜ ਸਕੂਲ ਖੋਲ੍ਹੇ ਜਾਣ ਨੂੰ ਸਰਕਾਰ ਨੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਜ਼ਰੂਰੀ ਨਹੀਂ ਹੋਵੇਗੀ ਯਾਨੀ ਕਿ ਲਾਜ਼ਮੀ ਨਹੀਂ ਹੋਏਗਾ ਸਕੂਲ ਆਉਣ ਲਈ ਮਾਪਿਆਂ ਦੀ ਲਿਖਤ ਰਜ਼ਾਮੰਦੀ ਜ਼ਰੂਰੀ ਹੋਵੇਗੀ ਸਕੂਲਾਂ ਨੂੰ ਆਨਲਾਈਨ ਪੜ੍ਹਾਈ ਨੂੰ ਤਰਜੀਹ ਦੇਣ ਦੀ ਤਾਕੀਦ ਵੀ ਸਰਕਾਰ ਨੇ ਕੀਤੀ ਹੈ ਕਿ ਆਨਲਾਈਨ ਪੜ੍ਹਾਈ ਵੀ ਹੁੰਦੀ ਰਹੇ ਬੱਚੇ ਪੂਰੀਆਂ ਬਾਹਾਂ ਵਾਲੇ ਕੱਪੜੇ ਅਤੇ ਮਾਸਕ ਪਾ ਕੇ ਸਕੂਲ ਜਾਣਗੇ ਤਾਦਾਦ ਜ਼ਿਆਦਾ ਹੋਣ ਦੀ ਸੂਰਤ ਵਿੱਚ 2 ਸ਼ਿਫਟਾਂ ਵਿੱਚ ਜਾਂ 1 ਦਿਨ ਛੱਡ ਕੇ ਬੁਲਾਏ ਜਾਣ ਦੀ ਤਜਵੀਜ਼ ਰੱਖੀ ਹੈ 6 ਫੁੱਟ ਦੂਰੀ ਪੈਰਾਂ ਦੇ ਨਾਲ ਚੱਲਣ ਵਾਲੇ ਡਿਸਪੈਂਸਰ ਅਤੇ ਸੈਨੇਟਾਈਜੇਸ਼ਨ ਦੀ ਵਰਤੋਂ ਕੀਤੀ ਜਾਏ ਕੰਟੇਨਮੈਂਟ ਜ਼ੋਨ 'ਚ ਰਹਿਣ ਵਾਲੇ ਵਿਦਿਆਰਥੀਆਂ ਅਤੇ ਸਟਾਫ ਨੂੰ ਸਕੂਲ ਨਾ ਆਉਣ ਦਿੱਤਾ ਜਾਵੇ ਸੋ ਪੰਜਾਬ ਵਿੱਚ 5ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅੱਜ ਤੋਂ ਸਕੂਲ ਖੁੱਲ੍ਹਣਗੇ ਹੁਣ ਸੋ ਅੱਜ ਸਕੂਲ ਖੋਲ੍ਹੇ ਜਾਣ ਨੂੰ ਸਰਕਾਰ ਨੇ ਆਪਣੀ ਹਰੀ ਝੰਡੀ ਦਿੱਤੀ ਇਸ ਨੂੰ ਲੈ ਕੇ ਕੁਝ ਖਾਸ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਨੇ ਮੋਹਾਲੀ ਤੋਂ ਸਾਡੇ ਨਾਲ ਅਮਨ ਇਸ ਵੇਲੇ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਅਮਨ ਜਿਸ ਤਰ੍ਹਾਂ ਦੇ ਨਾਲ ਹੁਣ ਕਾਫੀ ਲੰਬੇ ਵਕਫੇ ਤੋਂ ਬਾਅਦ ਸਕੂਲ ਖੋਲ੍ਹਣ ਦੀ ਇਜਾਜ਼ਤ ਮਿਲੀ ਹੈ ਹਾਲਾਂਕਿ ਇਸ ਨੂੰ ਲਾਜ਼ਮੀ ਨਹੀਂ ਕੀਤਾ ਗਿਆ ਲੇਕਿਨ ਕਿਸ ਤਰ੍ਹਾਂ ਦਾ ਪਹਿਲੇ ਦਿਨ ਦਾ ਰਿਸਪੌਂਸ ਨਜ਼ਰ ਆ ਰਿਹਾ ਸਕੂਲਾਂ ਵਿੱਚ ਹਾਜ਼ਰੀ ਨੂੰ ਲੈ ਕੇ ਅਗਰ ਪਹਿਲੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਅਸੀਂ ਮੋਹਾਲੀ ਦੇ ਨੇੜੇ ਵਸਦੇ ਇੱਕ ਪਿੰਡ ਦੇ ਵਿੱਚ ਸਰਕਾਰੀ ਸਕੂਲ ਵਿਖੇ ਖੜ੍ਹੇ ਹਾਂ ਜਿੱਥੇ ਸਾਰਾ ਸਟਾਫ ਤੇ ਪਹੁੰਚ ਚੁੱਕਿਆ ਹੈ ਲੇਕਿਨ ਅਗਰ ਕਿਉਂਕਿ ਸਕੂਲ ਦਾ ਸਮਾਂ ਜਿਹੜਾ 10 ਤੋਂ ਲੈ ਕੇ 3 ਵਜੇ ਤੱਕ ਰਹੇਗਾ ਵਿਦਿਆਰਥੀ ਹਲੇ ਥੋੜ੍ਹੀ ਹੀ ਦੇਰ ਵਿੱਚ ਆਉਣਾ ਸ਼ੁਰੂ ਹੋਣਗੇ ਲੇਕਿਨ ਸਕੂਲਾਂ ਦੇ ਵਿੱਚ ਪਹਿਲਾਂ ਤੋਂ ਹੀ ਵਿਦਿਆਰਥੀ ਜਿਹੜੇ ਕਿ ਕੁਝ ਵਿਦਿਆਰਥੀ ਜਿਹੜੇ ਕਿ ਬਹੁਤ ਹੀ ਵੀਕ ਵਿਦਿਆਰਥੀ ਨੇ ਜਾਂ ਕਿਸੇ ਵਿਦਿਆਰਥੀ ਨੂੰ ਕੋਈ ਸਮੱਸਿਆ ਹੁੰਦੀ ਸੀ ਪੜ੍ਹਾਈ ਦੇ ਵਿੱਚ ਕੋਈ ਸਮਝ ਨਹੀਂ ਆਉਂਦਾ ਸੀ ਉਸਨੂੰ ਵੇਖਦੇ ਹੋਏ ਪਹਿਲਾਂ ਤੋਂ ਹੀ ਵਿਦਿਆਰਥੀ ਸਕੂਲਾਂ ਦੇ ਵਿੱਚ ਆ ਰਹੇ ਸੀ 10ਵੀਂ ਤੇ 12ਵੀਂ ਦੇ ਵਿਦਿਆਰਥੀ ਤੇ ਅਗਰ ਤੁਹਾਨੂੰ ਇੱਕ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਸਕੂਲ ਵਿੱਚ ਐਂਟਰੀ ਤੋਂ ਪਹਿਲੇ ਸੈਨੇਟਾਈਜ਼ਰ ਰੱਖਿਆ ਗਿਆ ਹੈ ਚੈੱਕ ਕਰਨ ਦੇ ਲਈ ਪ੍ਰੋਪਰ ਜਿਹੜਾ ਕਿ ਟੈਂਪਰੇਚਰ ਚੈੱਕ ਕਰਨ ਦੇ ਲਈ ਉਹ ਵੀ ਇੱਥੇ ਰੱਖਿਆ ਗਿਆ ਕਿ ਕੋਈ ਅਗਰ ਵਿਦਿਆਰਥੀ ਵਿੱਚ ਕਿਸ ਤਰੀਕੇ ਦਾ ਕੋਈ ਲੱਛਣ ਅਗਰ ਪਾਇਆ ਜਾਂਦਾ ਹੈ ਤਾਂ ਤੁਰੰਤ ਤੌਰ ਦੇ ਉੱਪਰ ਉਸਨੂੰ ਘਰ ਭੇਜ ਦਿੱਤਾ ਜਾਏਗਾ ਸਟਾਫ ਸਾਡੇ ਸਾਹਮਣੇ ਇੱਥੇ ਪੂਰਾ ਸਕੂਲ ਦਾ ਮੌਜੂਦ ਹੈ ਪ੍ਰੋਪਰ ਮਾਸਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਮੈਮ ਤੁਹਾਡੇ ਕੋਲ ਜਾਣਨਾ ਚਾਹਾਂਗੇ ਜਿਸ ਤਰੀਕੇ ਦੇ ਨਾਲ ਸਕੂਲ ਖੁੱਲ ਚੁੱਕੇ ਨੇ ਹਾਲਾਂਕਿ ਜਿਵੇਂ ਤੁਹਾਡੇ ਸਕੂਲ ਦੇ ਵਿੱਚ ਪਹਿਲਾਂ ਤੋਂ ਹੀ ਬੱਚੇ 10ਵੀਂ ਤੇ 12ਵੀਂ ਦੇ ਬੱਚਾ ਰਹੇ ਨੇ ਕਿਸ ਤਰੀਕੇ ਦੇ ਸਿਟਿੰਗ ਅਰੇਂਜਮੈਂਟਸ ਕੀਤੇ ਗਏ ਨੇ ਔਰ ਕਿਸ ਤਰੀਕੇ ਦੇ ਪ੍ਰੀਕਾਸ਼ਨਸ ਰੱਖੇ ਗਏ ਮੈਮ ਸਾਡੇ ਸਕੂਲ 'ਚ ਜਿੱਦਾਂ ਤੁਸੀਂ ਪਹਿਲਾਂ ਹੀ ਦੇਖਿਆ ਕਿ ਬੜਾ ਸੈਨੇਟਾਈਜੇਸ਼ਨ ਦਾ ਪੂਰਾ ਧਿਆਨ ਰੱਖਿਆ ਗਿਆ ਸਾਡੇ ਸਕੂਲ 9ਵੀਂ ਤੋਂ 12ਵੀਂ ਤੱਕ ਬੱਚਿਆਂ ਤੋਂ ਕੰਸੈਂਟ ਲੈ ਕੇ 100 ਦੇ ਕਰੀਬ ਬੱਚੇ ਸਾਡੇ ਸਕੂਲ ਪਹੁੰਚ ਰਹੇ ਆ ਬਾਕੀ ਅਸੀਂ ਸਾਰਾ ਸਟਾਫ ਵੀ ਪਹੁੰਚਦਾ ਹੋਰ ਵੀ ਅੱਜ ਸਾਡੀ ਜਿਵੇਂ PTM ਆ ਸਾਡੇ ਅਸੀਂ ਪੇਰੈਂਟਸ ਨੂੰ ਕਹਾਂਗੇ ਕਿ ਉਹਨਾਂ ਦੀ ਕਿੱਦਾਂ ਪ੍ਰਤੀਕਿਰਿਆ ਬਣਦੀ ਆ ਉਸ ਹਿਸਾਬ ਦੇ ਨਾਲ ਅਸੀਂ ਅੱਗੇ ਸਰਕਾਰ ਪ੍ਰਤੀਕਿਰਿਆ ਜਿਸ ਤਰੀਕੇ ਦੀ ਬਣਦੀ ਉਸ ਹਿਸਾਬ ਨਾਲ ਮੈਮ ਤੁਹਾਡੇ ਕੋਲ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿੰਨੇ ਪੇਰੈਂਟਸ ਸੀ ਕਿਉਂਕਿ ਕੰਸਰਨਟ ਵੀ ਮੰਗਿਆ ਜਾਏਗਾ ਆਨਲਾਈਨ ਨੂੰ ਵੀ ਤਰਜੀਹ ਦਿੱਤੀ ਜਾਏਗੀ ਕਿ ਆਨਲਾਈਨ ਜ਼ਿਆਦਾ ਹੋਣ ਅਗਰ ਤੁਹਾਡੇ ਸਕੂਲ ਦੀ ਗੱਲ ਕੀਤੀ ਜਾਵੇ ਅੱਜ ਤੋਂ ਜਿਵੇਂ ਪੇਰੈਂਟਸ ਆਣਗੇ PTM ਹੋਏਗੀ ਬੱਚਿਆਂ ਨੂੰ ਇਨਫੋਰਮ ਕੀਤਾ ਜਾਏਗਾ ਕਿਸ ਤਰੀਕੇ ਦੇ ਨਾਲ ਸਿਟਿੰਗ ਅਰੇਂਜਮੈਂਟਸ ਹੋਣਗੇ ਕਿੰਨੇ ਕੁ ਪੇਰੈਂਟਸ ਆ ਕਿਉਂਕਿ ਕੱਲ੍ਹ ਹੀ ਇੱਕਦਮ ਤੋਂ ਫੈਸਲਾ ਲਿੱਤਾ ਗਿਆ ਹੈ ਅਤੇ ਅੱਜ ਬੱਚਿਆਂ ਤੱਕ ਮੈਸੇਜ ਪਹੁੰਚਾਇਆ ਜਾਏਗਾ ਇਸ ਤੋਂ ਪਹਿਲਾਂ ਕਿੰਨੇ ਬੱਚੇ ਆਉਂਦੇ ਨੇ ਤਾਂ ਹੁਣ ਕਿਸ ਤਰੀਕੇ ਦੀ ਸਾਰੀ ਚੀਜ਼ਾਂ ਦੀ ਤਿਆਰੀ ਕੀਤੀ ਗਈ ਹੈ 1st to 5th ਤਾਂ ਮੈਮ ਬਹੁਤ ਘੱਟ ਬੱਚੇ ਆਉਂਦੇ ਨੇ ਜਿਹੜੇ ਕੋਈ ਆਫਲਾਈਨ ਪੇਪਰ ਹੁੰਦੇ ਨੇ ਉਹ ਸਬਮਿਟ ਪੇਰੈਂਟਸ ਆ ਕੇ ਕਰਵਾ ਜਾਂਦੇ ਨੇ ਸਾਡੇ ਕੋਲ ਬੱਚਿਆਂ ਦੀ ਗਿਣਤੀ ਅਜੇ ਛੋਟੇ ਵਾਲਿਆਂ ਦੀ ਨਹੀਂ ਆਉਂਦੀ ਸੀ 5th ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਹੁਣ ਬੋਲਿਆ ਗਿਆ ਨਾ ਆਉਣ ਦੇ ਲਈ ਤਾਂ ਕਿਸ ਤਰੀਕੇ ਦੀ ਜਦੋਂ ਤੁਹਾਡੇ ਵੱਲ ਤਿਆਰੀ ਕੀਤੀ ਅਸੀਂ ਉਹਨਾਂ ਨੂੰ ਦੱਸਿਆ ਹੈਗਾ ਕਿ ਆਪਣਾ ਪ੍ਰੋਪਰ ਮਾਸਕ ਵਗੈਰਾ ਪਾ ਕੇ ਆਉਣਾ ਬੱਚਿਆਂ ਕੋਲ ਸੈਨੇਟਾਈਜ਼ਰ ਹੋਣਾ ਚਾਹੀਦਾ ਆਪਣੀ ਵਾਟਰ ਬੋਟਲ ਆਪਣੀ ਉਹਨਾਂ ਕੋਲ ਹੋਣੀ ਚਾਹੀਦੀ ਹੈ ਲੰਚ ਉਹਨਾਂ ਕੋਲ ਆਪਣਾ ਹੋਣਾ ਚਾਹੀਦਾ ਔਰ ਸੋਸ਼ਲ ਡਿਸਟੈਂਸਿੰਗ ਦਾ ਬੱਚਿਆਂ ਨੂੰ ਹਲੇ ਅੱਗੇ ਬਾਕੀ ਅਸੀਂ ਹਲੇ ਫਰਦਰ ਡਿਸੀਜ਼ਨ ਲੈਣਾ ਹੈਗਾ ਕਿ ਬੱਚਿਆਂ ਨੂੰ ਕਿੱਦਾਂ ਅਲਟਰਨੇਟਿਵ ਡੇਜ਼ 'ਤੇ ਬੁਲਾਇਆ ਜਾਵੇ ਜਾਂ ਕਿੱਦਾਂ ਕਿ ਮੈਮ ਤੁਹਾਡੇ ਕੋਲ ਜਾਣਾ ਚਾਹਾਂ ਕਿਉਂਕਿ ਛੋਟੇ ਛੋਟੇ ਬੱਚਿਆਂ ਨੇ ਮੈਨੂੰ 5th ਕਲਾਸ ਦੇ ਬੱਚੇ ਬੜੇ ਛੋਟੇ ਹੁੰਦੇ ਨੇ ਕਿਉਂਕਿ ਬੱਚਿਆਂ ਨੂੰ ਇਹ ਚੀਜ਼ ਸਮਝਾਉਣਾ ਕਿ ਸੋਸ਼ਲ ਡਿਸਟੈਂਸ ਕਿਉਂਕਿ ਇੱਕ ਲੰਬੇ ਅਰਸੇ ਤੋਂ ਬਾਅਦ ਸਕੂਲ ਖੁੱਲ੍ਹਣਗੇ ਕਿਉਂਕਿ ਹਾਲਾਂਕਿ ਬੱਚੇ ਆ ਵੀ ਰਹੇ ਨੇ ਲੇਕਿਨ ਪ੍ਰੋਪਰ ਜਿਹੜੇ ਸਕੂਲਿੰਗ ਦੀ ਗੱਲ ਕੀਤੀ ਗਈ ਹੈ ਬੱਚਿਆਂ ਨੂੰ ਇਹ ਚੀਜ਼ ਸਮਝਾਉਣਾ ਕਿ ਸੋਸ਼ਲ ਡਿਸਟੈਂਸ ਬਣੇ ਕਿਉਂਕਿ ਬੱਚਿਆਂ ਨੂੰ ਅਸੀਂ ਦੋਸਤਾਂ ਨਾਲ ਮਿਲਣਾ ਹੈ ਬੈਠ ਕੇ ਖਾਣਾ ਖਾਣਾ ਉਸ ਚੀਜ਼ ਦੇ ਲਈ ਟੀਚਰਸ ਦਾ ਕਿਆ ਹੁਣ ਐਫਰਟਸ ਰਹਿਣਗੇ ਮੈਮ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਜਿਵੇਂ ਬੈਂਚ ਜਿਹੜੇ ਆ 1-1 ਬੈਂਚ ਤੇ 1-1 ਬੱਚਾ ਬਿਠਾਇਆ ਜਾਵੇ ਠੀਕ ਹੈ ਤੇ ਵੈਸੇ ਫਿਲਹਾਲ ਸਾਡੀ ਕਿੱਕ ਸੈਕਸ਼ਨ ਦੇ ਵਿੱਚ ਨੀਅਰ ਅਬਾਊਟ 50-60 ਬੱਚੇ ਹੈ ਤੇ ਫਿਰ ਮੈਮ ਸਾਨੂੰ ਤੇ ਮੇ ਵੀ ਅਲਟਰਨੇਟ ਡੇਜ਼ 'ਤੇ ਬੱਚਿਆਂ ਨੂੰ ਬੁਲਾਉਣਾ ਪਵੇਗਾ ਕਿਉਂਕਿ ਸਟਾਫ ਸਾਡੇ ਕੋਲ ਬਹੁਤ ਘੱਟ ਹੈ ਉਹਨਾਂ ਦੇ ਹਿਸਾਬ ਨਾਲ ਸਟਰੈਂਥ ਜ਼ਿਆਦਾ ਤਾਂ ਅਸੀਂ 1-1 ਬੈਂਚ ਦੇ 1-1 ਬੱਚਾ ਬਿਠਾ ਕੇ ਉਹਨਾਂ ਦੀ
ਮੈਮ ਨੇ ਸਟਰੈਂਥ ਦੀ ਗੱਲ ਕੀਤੀ, ਕਈ ਸਕੂਲਾਂ ਦੇ ਵਿੱਚ ਬਹੁਤ ਸਟਰੈਂਥ ਤੁਹਾਡੇ ਸਕੂਲ 'ਚ ਬਹੁਤ ਜ਼ਿਆਦਾ ਬੱਚਿਆਂ ਦੀ ਹੈ ਮੈਮ, ਉਹਨਾਂ ਬੱਚਿਆਂ ਨੂੰ ਪ੍ਰੋਪਰ ਉਹ ਕਰਨਾ, ਗਾਈਡ ਵੀ ਕਰਨਾ, ਕਿਉਂਕਿ ਜਦੋਂ ਕਲਾਸ ਵਿੱਚ ਬੱਚੇ ਤੁਸੀਂ ਗਾਈਡ ਕਰ ਸਕਦੇ, ਜਦੋਂ ਉੱਥੇ ਲੰਚ ਕਰਨ ਜਾਂਦਾ, ਬਾਹਰ ਖੇਡਣ ਜਾਂਦਾ, ਉਸ ਚੀਜ਼ ਨੂੰ ਲੈ ਕੇ ਕਿਸ ਤਰੀਕੇ ਤੁਹਾਡੇ ਪ੍ਰੋਟੋਕੋਲ ਤਿਆਰ ਕੀਤੇ ਜਾਣਗੇ ਸਕੂਲ ਵੱਲੋਂ? ਹਾਂਜੀ ਮੈਮ, ਐਕਚੁਲੀ ਅਸੀਂ ਇਹੀ ਪਲੈਨਿੰਗ ਤਾਂ ਸਾਡੀ ਇਹ ਹੈ ਵੀ ਬੱਚਿਆਂ ਨੂੰ ਅਸੀਂ ਇਕੱਲਾ ਨਹੀਂ ਛੱਡਾਂਗੇ, ਪਹਿਲੀ ਗੱਲ ਸਾਡਾ ਜਿਹੜਾ ਟਾਈਮ ਟੇਬਲ ਅਸੀਂ ਕਰ ਚੁੱਕੇ ਹਾਂ ਵੈਸੇ ਤਾਂ ਸੈੱਟ ਵੀ ਇੱਕ ਟੀਚਰ ਕਲਾਸ ਦੇ ਵਿੱਚ ਰਹੇਗਾ ਹੀ ਰਹੇਗਾ ਤਾਂ ਕਿ ਉਹਨਾਂ ਨੂੰ ਮੋਨੀਟਰ ਕਰ ਸਕੇ, ਜਿਵੇਂ ਐਜ਼ ਏ ਮਦਰ ਆਪਣੇ ਬੱਚੇ ਨੂੰ ਧਿਆਨ ਰੱਖਦੀ ਹੈ ਕਿ ਇੱਕ ਤਾਂ ਬੱਚੇ ਆਪਣਾ ਹੈਂਡ ਵਾਸ਼ ਕਰਨ, ਪ੍ਰੋਪਰ ਸੈਨੀਟਾਈਜ਼ ਕਰਨ, ਅਤੇ ਬੱਚਿਆਂ ਨੂੰ ਇਕੱਲੇ ਅਸੀਂ ਨਾ ਛੱਡੀਏ ਤਾਂ ਕਿ ਜੇ ਇਕੱਲੇ ਛੱਡਾਂਗੇ ਉਹਨਾਂ ਦੀ ਸੋਸ਼ਲ ਡਿਸਟੈਂਸਿੰਗ ਜੋ ਵੀ ਪ੍ਰੋਟੋਕੋਲਸ ਹੈ ਉਹ ਨਹੀਂ ਫੋਲੋ ਕਰ ਪਾਣਗੇ। ਮੇਨ ਤਾਂ ਸਾਡਾ ਇਹ ਹੈ ਕਿ ਬੱਚਿਆਂ ਨੂੰ ਅਸੀਂ ਛੋਟੇ ਬੱਚਿਆਂ ਨੂੰ ਖਾਸ ਕਰ ਫਿਫਥ ਔਰ ਸਿਕਸਥ ਉਹਨਾਂ ਨੂੰ ਬਹੁਤ ਧਿਆਨ ਨਾਲ ਆਪਣੇ ਅੰਡਰ ਓਬਜ਼ਰਵੇਸ਼ਨ ਔਰ ਕੋਵਿਡ 19 ਦੀ ਜੋ ਗਾਈਡਲਾਈਨਸ ਹੈ ਫੋਲੋ ਕਰਕੇ ਉਹਨਾਂ ਨੂੰ ਧਿਆਨ ਰੱਖੀ ਉਹਨਾਂ ਨੂੰ ਕੋਵਿਡ 19 ਦੀ ਗਾਈਡਲਾਈਨਸ ਨੂੰ ਪ੍ਰੋਪਰ ਫੋਲੋ ਕੀਤਾ ਜਾਏਗਾ। ਹਾਲਾਂਕਿ ਪਹਿਲਾਂ ਵੀ ਸਕੂਲ ਦੇ ਵਿੱਚ ਬੱਚੇ ਬਹੁਤ ਆ ਰਹੇ ਨੇ, ਲੇਕਿਨ ਹੁਣ ਜਿਸ ਤਰੀਕੇ ਦੇ ਨਾਲ ਪੰਜਵੀਂ ਛੇਵੀਂ ਅਤੇ ਬਾਰਵੀਂ ਜਮਾਤ ਦੇ ਟੋਟਲ ਪੰਜਵੀਂ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਬੱਚੇ ਆਉਣਗੇ, ਕਈ ਸਕੂਲਾਂ ਦੇ ਅੰਦਰ ਇੰਨੀ ਕੁ ਜ਼ਿਆਦਾ ਸਟਰੈਂਥ ਹੈ ਕਿ ਬੱਚਿਆਂ ਨੂੰ ਪ੍ਰੋਪਰ ਸੋਸ਼ਲ ਡਿਸਟੈਂਸ ਮੇਨਟੇਨ ਕਰਨ ਦੇ ਲਈ ਵੀ ਥੋੜ੍ਹਾ ਜਿਹਾ ਜਿਹੜਾ ਔਖਾ ਹੋਏਗਾ, ਲੇਕਿਨ ਟੀਚਰਸ ਵੱਲੋਂ ਸਾਫ਼ ਕੀਤਾ ਕਹਿ ਦਿੱਤਾ ਗਿਆ ਹੈ ਕਿ ਅਸੀਂ ਜਾਂ ਤਾਂ ਬੱਚਿਆਂ ਨੂੰ ਜਿਹੜਾ ਕਿ ਇਸ ਤਰੀਕੇ ਨਾਲ ਬੁਲਾਇਆ ਜਾਏਗਾ ਕਿ ਰੋਲ ਨੰਬਰ ਵਾਈਜ਼ 10 ਬੱਚੇ ਇੱਕ ਦਿਨ ਆਉਣਗੇ ਜਾਂ 20 ਬੱਚੇ ਇੱਕ ਦਿਨ ਆਉਣਗੇ। ਬਿਲਕੁਲ, ਕਿਉਂਕਿ ਕੁਝ ਕਦਮ ਜਿਹੜੇ ਚੁੱਕਣੇ ਪੈਣਗੇ, ਕਿਸ ਤਰ੍ਹਾਂ ਦੀ ਹਾਜ਼ਰੀ ਰਹੇਗੀ, ਅਟੈਂਡੈਂਸ ਕਿੰਨੀ ਰਹੇਗੀ, ਚੁਣੌਤੀ ਜ਼ਰੂਰ ਰਹੇਗੀ ਸਕੂਲ ਦੇ ਲਈ ਟੀਚਰਸ ਦੇ ਲਈ, ਲੇਕਿਨ ਵੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਨਾਲ ਅੱਗੇ ਇਸ ਸਕੂਲ ਦੀ ਪੜ੍ਹਾਈ ਜਿਹੜੀ ਹੈ ਉਹ ਚੱਲ ਪਾਏਗੀ। ਬਹੁਤ ਬਹੁਤ ਸ਼ੁਕਰੀਆ ਅਮਨ ਫਿਲਹਾਲ ਦੀ ਇਹ ਸਾਰੀ ਜਾਣਕਾਰੀ।